ਆਸ ਗਵਾਹ ਹੈ ਕਿ ਜਿੰਨੀਆਂ ਵੀ ਪੁਰਾਣੀਆਂ ਤਹਿਸੀਲਾਂ ਹੋਈਆਂ ਉਹ ਅੱਜ ਤੱਕ ਡਿਸਟ੍ਰਿਕਟ ਨਹੀਂ ਬਣੀਆਂ ਔਰ ਉਹਦੇ ਕੰਨੇ ਅਗਰ ਜਿਹੜੀ ਨੋਈ ਤਹਿਸੀਲ ਬਣੀ ਹੋ ਉਹਨੇ ਕੀ ਪਹਿਲੇ ਡਿਸਟ੍ਰਿਕਟ ਦਾ ਦਰਜਾ ਦਿੱਤਾ ਗਿਆ ਚਾਹੇ ਉਹ ਡਿਸਟ੍ਰਿਕਟ ਰਜੌਰੀ ਹੈ ਨੁਸ਼ਹਿਰਾ ਪੁਰਾਣੀ ਤਹਿਸੀਲ ਹੀ ਔਰ ਡਿਸਟ੍ਰਿਕਟ ਉਸੇ ਦਿੱਤਾ ਗਿਆ ਰਜੌਰੀ ਕੀ ਨੁਸ਼ਹਿਰਾ ਪੁਰਾਣੀ ਤਹਿਸੀਲ ਹੋਣ ਦੇ ਬਾਵਜੂਦ ਵੀ ਡਿਸਟ੍ਰਿਕਟ ਜਿਹੜਾ ਹੈ ਉਹ ਨਵੀਂ ਤਹਿਸੀਲ ਰਜੌਰੀ ਕੀ ਦਿੱਤਾ ਗਿਆ ਉਹੀ ਡੋਡੇ ਦੇ ਭਦਰਵਾ ਚ ਭਦਰਵਾ ਜਿਹੜੀ ਪੁਰਾਣੀ ਤਹਿਸੀਲ ਹੀ ਪਰ ਜਿਹੜਾ ਡਿਸਟ੍ਰਿਕਟ ਸਟੇਟਸ ਹੈ ਉਹ ਕੁਸੀ ਦਿੱਤਾ ਗਿਆ ਡੋਡੇ ਕੀ ਮੈਂ ਅੱਜ ਸਾਰੇ ਕੀ ਇੱਕ ਗੱਲ ਸੁਣਾਈ ਦੇਣਾ ਚਾਹੁੰਦਾ ਕਿ ਅੱਜ ਤੁਸੀਂ ਨਹੀਂ ਖੜੋਤੇ ਤੇ ਅੰਦਰੋਂ ਅੰਦਰ ਸਾਰੀ ਡਿਸਟ੍ਰਿਕਟ ਜਿਹੜੀ ਹੈ ਸੜੀ ਅਨਾਊਂਸਮੈਂਟ ਹੋਣੀ ਹੈ ਕਿ ਡਿਸਟ੍ਰਿਕਟ ਕਿਸੇ ਹੋਰ ਇਲਾਕੇ ਕੀ ਤੋਈ ਆ ਅਸੀਂ ਲੋਕ ਵੀ ਖੱਜਲ ਹੋਈਏ ਇਸ ਵਾਸਤੇ ਅੱਜ